दोस्तों अज मैं तुहाडे नाल एक बार फिर जिहड़ा पंचायत दीआं जमीनां ते नजायज़ कब्जे ने ताकतवर लोकां दे पोलिटिकल पॉलिटिशियनस दे ब्यूरोक्रैट्स दे ते लैंड माफिया दे क्योंकि ये काफ़ी मुद्दा इस वक्त पंजाब दे विच गरमाया होया वा। आम आदमी पार्टी की सरकार ने पिछले दिनों जिहड़ा जाके छोटी बड़ी नगल पिंड आ मुल्लांपुर चंडीगढ़ के लागे उत्थे कहता जाके जी 2828 एकड़ सी कब्जा छुड़ा लिया तो उहदे चों गणाता जी कि 125 किला सिमरनजीत सिंह मान दे परिवार है। सारे नगल छोटी बड़ी नगल दे पुराने नवे सरपंच पंच सारे मेरे को आए कहते साडे कोल असी 400 तो ज़्यादा परिवार इफेक्ट होया वा। 1873 का साडा मालकी का रिकॉर्ड आ, असी मालकी खाने बैठे हाँ, काश्तकार के खाने नहीं बैठे, पर बावजूद सिर्फ क्योंकि प्रचार करना सीगा तो मेरा ख्याल कितने ना कि सिमरनजीत मान के नाल नफरत की भावना के नाल मुख्यमंत्री साहब उत्थे आप खुद गए तो उत्थे एक बोर्ड ला के आ गए कि असी 2828 किले जमीन छुड़वा ली। हालांकि वो सारा विवादित मुद्दा वा, पर मेरे को अज डॉक्यूमेंट्स जिहड़े ने वो मैं तुहानू दो पिंडां दे डॉक्यूमेंट्स दिखाउणा चाहुंदा जिहड़े मैं जिहड़े सारे मीडिया के सामने भी पेश कीते ने। ये दो पिंडां दा जिहड़ा वेरवा हैगा वा ये कपूरथले जिले के दो पिंड ने, एक हैगा वा जामेवाल पिंड जिहड़ा कि सुल्तानपुर लोधी की तहसील फॉल करदा, तो दूसरा है फतेहवाला पिंड। फतेहवाला पिंड ये भी सुल्तानपुर लोधी तहसील च आ, जिला कपूरथला दोनों दे। ये दोने जिहड़े पिंडां दा रेवेन्यू रिकॉर्ड पेश कर रहा इहदे च बकायदा तौर ते तुहानू हुण समझाउणा वा। ये 21 एकड़ जमीन है जिहड़ी वो बाबा बलबीर सिंह सीचेवाल दे नजायज़ कब्जे दे विच आ। मैं अदरवाइज़ बाबा बलबीर सिंह सीचेवाल का सत्कार करता, कोई मेरे जाति लड़ाई नहीं की, लेकिन गल हुण असूल दी चल रही पंजाब दे विच कि की आया ताकतवर लोकां कोलों सियासतदानों कोलों भगवंत सिंह मान की सरकार जमीना छुड़ावेगी कि गरीबों के उत्ते कहर मचावेगी। ਲੇੜੀ ਕਲਾਂ ਪਿੰਡ ਫਤਿਹਗੜ੍ਹ ਸਾਹਿਬ ਅੱਤ ਗਰੀਬ ਬੰਦੇ, ਅਰਨੋ ਪਿੰਡ ਛਤਰਾਣਾ ਪਾਤੜਾਂ ਦੇ ਲਾਗੇ ਅੱਤ ਗਰੀਬ ਬੰਦੇ, ਭਵੇਂ ਕਲਾਂ ਪਿੰਡ ਲੁਧਿਆਣੇ 'ਚ ਅੱਤ ਗਰੀਬ ਕਿਸਾਨ। ਔਰ ਅਸੀਂ ਸਾਰਿਆਂ ਨੇ ਕਿਹਾ ਕਿ ਗਰੀਬਾਂ ਤੋਂ ਮਤ ਛਡਾਓ, ਜਿਹੜੇ ਚੰਡੀਗੜ੍ਹ ਦੇ ਨੇੜੇ ਪ੍ਰਭਾਵਸ਼ਾਲੀ ਲੁਧਿਆਣਾ ਅੰਮ੍ਰਿਤਸਰ ਜਲੰਧਰ ਦੇ ਜਿਹੜੇ ਤਾਕਤਵਰ ਪੋਲੀਟੀਕਲ ਬੰਦਿਆਂ ਨੇ ਕਬਜ਼ੇ ਕੀਤੇ ਨੇ ਉਹਨਾਂ ਦੀ ਜ਼ਮੀਨਾਂ ਛਡਾਓ। ਤਾਂ ਇਹ ਜਿਹੜਾ ਮੈਂ ਫਰਜ਼ ਤੁਹਾਨੂੰ ਨੇੜੇ ਦਿਖਾ ਸਕਦਾ ਵਾਂ, ਇਹਦੇ 'ਚ ਜਿਹੜੀਆਂ 4 ਰੈਲੇਵੈਂਟ ਕਾਲਮਸ ਨੇ, ਇਹਨਾਂ ਵਿੱਚੋਂ ਪਹਿਲੀ ਕਾਲਮ ਜਿਹੜੀ ਹੈਗੀ ਆ ਉਹ ਤੁਸੀਂ ਦੇਖ ਸਕਦੇ ਹੋ। ਦੂਸਰੀ ਕਾਲਮ ਦੱਸਦਾ ਵਾ, ਦੂਸਰੀ ਕਾਲਮ ਦਾ ਤੁਹਾਨੂੰ ਪਹਿਲਾਂ ਵੇਰਵਾ ਦਿੰਦਾ। ਦੂਸਰੀ ਕਾਲਮ ਦਾ ਵੇਰਵਾ ਇਹ ਆ ਕਿ ਆਹ ਇੱਥੇ ਲਿਖਿਆ ਹੋਇਆ ਨਜਾਇਜ਼ ਕਾਸ਼ਤ। ਇੱਕ ਵਾਰੀ ਕਹਿੰਦਾ ਮੇਰੇ ਨੂੰ ਕੋਈ ਨਜਾਇਜ਼ ਕਾਸ਼ਤ ਦਾ ਮਤਲਬ ਆ ਇਨਲੀਗਲ ਟਿਲਿੰਗ ਆਫ ਲੈਂਡ, ਉਹਦੀ ਜਿਹੜੀ ਵਾਹੀ ਕੀਤੀ ਜਾ ਰਹੀ ਆ, ਜਿਹੜੀ ਖੇਤੀ ਕੀਤੀ ਜਾ ਰਹੀ ਉਸ ਜ਼ਮੀਨ 'ਤੇ ਉਹ ਨਜਾਇਜ਼ ਲਿਖਿਆ ਵਾ। ਦੂਸਰਾ ਜਿਹੜਾ ਕੋਲਮ ਹੁੰਦਾ ਵਾ ਮਾਲਕੀ ਦਾ ਕੋਲਮ ਆ, ਉਹ ਇੱਥੇ ਆ ਮਾਲਕੀ ਦਾ ਕੋਲਮ ਆ ਨੰਬਰ 3 ਕੋਲਮ। ਇਹਦੇ 'ਚ ਤੁਸੀਂ ਦੇਖੋਗੇ ਪ੍ਰੋਵਿੰਸ਼ੀਅਲ ਗਵਰਨਮੈਂਟ, ਪ੍ਰੋਵਿੰਸ਼ੀਅਲ ਗਵਰਨਮੈਂਟ ਮਤਲਬ ਹੈਗਾ ਇਹਦੇ 'ਚੋਂ ਜਿੰਨੇ ਵੀ ਸ਼ੇਅਰਸ ਦਿੱਤੇ ਨੇ, ਆ ਸ਼ੇਅਰਸ ਲਿਖੇ ਨੇ ਇਹਨਾਂ ਨੇ, ਇੱਕ ਮਿੰਟ, 16,000 ਨਾ ਇੱਕ 99% ਸ਼ੇਅਰਸ ਮਾਲਕੀ ਖਾਨੇ ਦੇ ਵਿੱਚ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨੇ, ਇੱਥੇ ਪ੍ਰੋਵਿੰਸ਼ੀਅਲ ਗਵਰਨਮੈਂਟ ਲਿਖਿਆ ਹੈ। 99% ਮਾਲਕੀ ਖਾਨੇ ਵਿੱਚ ਪ੍ਰੋਵਿੰਸ਼ੀਅਲ ਗਵਰਨਮੈਂਟ ਬੈਠੀ ਹੈ। ਔਰ ਆਹ ਅੱਗੇ ਆ ਗਿਆ ਕਾਸ਼ਤਕਾਰ ਦਾ ਖਾਨਾ, ਇੱਕ ਇੱਕ ਇਹਨੂੰ ਵਾਹ ਕੌਣ ਰਿਹਾ। ਇਸ ਕਾਸ਼ਤਕਾਰ ਦੇ ਖਾਨੇ ਦੇ ਵਿੱਚ ਤੁਸੀਂ ਦੇਖੋਗੇ ਅਤੇ ਆਣ ਕੇ ਆਹ ਇੱਕ ਵਾਰੀ ਨਿਗਾਹ ਮਾਰੋਗੇ, ਇਹ ਕਾਸ਼ਤ ਦਾ ਖਾਨਾ ਹੈ ਨੰਬਰ 4 ਕੋਲਮ ਜਿਹੜੀ ਕਾਸ਼ਤ ਦਾ ਖਾਨਾ। ਇੱਥੇ ਆ ਗਿਆ ਅੱਗੇ ਜੋ ਵੀ ਇਹਨਾਂ ਦਾ ਚੈਰੀਟੇਬਲ ਟਰੱਸਟ ਹੈ ਬਾਬਾ ਸੀਚੇਵਾਲ ਦਾ ਨਿਰਮਲ ਕੁਟੀਆ। ਇਹ ਦੋ ਪਿੰਡ ਜਿਹੜੀ ਜ਼ਮੀਨ ਆ ਦੋਨਾਂ ਪਿੰਡਾਂ ਦੀ, ਇਹ ਬਾਬਾ ਬਲਬੀਰ ਸਿੰਘ ਦੇ ਕਬਜ਼ੇ 'ਚ ਕਾਫੀ ਦਹਾਕਿਆਂ ਤੋਂ ਕਬਜ਼ੇ 'ਚ ਆ, ਔਰ ਇਹਦਾ ਸਾਬਤ ਹੋ ਗਿਆ ਰੈਵਨਿਊ ਰਿਕਾਰਡ ਬੋਲਦਾ ਵਾ ਕਿ ਇਹ ਨਜਾਇਜ਼ ਕਾਸ਼ਤ ਕਰ ਰਹੇ ਨੇ। ਮਾਲਕੀ ਖਾਨੇ ਵਿੱਚ ਸਰਕਾਰ ਬੈਠੀ ਆ, ਪੰਜਾਬ ਪ੍ਰੋਵਿੰਸ਼ੀਅਲ ਗਵਰਨਮੈਂਟ ਬੈਠੀ ਆ, ਕਾਸ਼ਤ ਦੇ ਖਾਨੇ ਵਿੱਚ ਕਾਬਜ਼ ਖਾਨੇ ਦੇ ਵਿੱਚ ਇਹਨਾਂ ਦਾ ਜਿਹੜਾ ਟਰੱਸਟ ਬੈਠਾ ਵਾ ਦੋ ਪਿੰਡਾਂ ਦੀ ਜ਼ਮੀਨ ਦੇ ਵਿੱਚ, 21 ਏਕੜ ਜ਼ਮੀਨ। ਔਰ ਪਿਛਲੇ ਕੁਛ ਦਹਾਕਿਆਂ ਤੋਂ ਜਿੰਨੀ ਦੇਰ ਦੀ ਉਹਦੀ ਫਸਲ ਵਗੈਰਾ ਜਿਹੜੀ ਬੀਜੀ ਜਾ ਰਹੀ ਆ, ਵੇਚੀ ਜਾ ਰਹੀ ਆ, ਉਹ ਸਾਰਾ ਇਹਨਾਂ ਦੇ ਆਪਣੇ ਟਰੱਸਟ ਵਿੱਚ ਜਾਂ ਆਪਣੇ ਨਿੱਜੀ ਅਕਾਊਂਟ ਵਿੱਚ ਪੈਸਾ ਜਾ ਰਿਹਾ, ਕਿਸੇ ਪੰਚਾਇਤ ਦੇ ਖਾਤੇ ਦੇ ਵਿੱਚ ਕੋਈ 1 ਰੁਪਈਆ ਨਹੀਂ ਜਾ ਰਿਹਾ। ਮੈਂ ਅੱਜ ਚਿੱਠੀ ਲਿਖੀ ਆ ਭਗਵੰਤ ਸਿੰਘ ਮਾਨ ਨੂੰ, ਔਰ ਇਹ ਸਾਰੇ ਡਾਕੂਮੈਂਟਸ ਜਿਹੜੇ ਰੈਵਨਿਊ ਰਿਕਾਰਡ ਆ ਲੇਟੈਸਟ 18-19 ਦੀ ਜਮ੍ਹਾਂਬੰਦੀ ਮੇਰੇ ਕੋਲ ਹੈ ਇਸ ਵੇਲੇ ਹੱਥ ਵਿੱਚ ਆ, ਇਹ ਸਾਰੇ ਡਾਕੂਮੈਂਟਸ ਜਿਹੜੇ ਮੈਂ ਚੀਫ ਮਿਨਿਸਟਰ ਸਾਹਿਬ ਦੇ ਆਫਿਸ ਔਰ ਉਹਦੀ ਕਾਪੀ ਜਿਹੜੀ ਆ ਕੁਲਦੀਪ ਸਿੰਘ ਧਾਲੀਵਾਲ ਪੰਚਾਇਤ ਮਿਨਿਸਟਰ ਦੇ ਆਫਿਸ ਪਹੁੰਚਦੇ ਕਰ ਦਿੱਤੇ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਆਇਆ ਇਹ ਜਿਹੜਾ ਕੈਂਪੇਨ ਆ, ਇਹ ਸਿਰਫ ਪੋਲੀਟੀਕਲੀ ਮੋਟੀਵੇਟਡ ਹੈ ਕਿ ਸਿਰਫ ਸਿਆਸੀਆਂ ਦੇ ਉੱਤੇ ਵਾਰ ਕਰਨੇ ਆ, ਵਿਰੋਧੀਆਂ ਦੀਆਂ ਜ਼ਮੀਨਾਂ ਛਡਾਉਣੀਆਂ ਨੇ, ਗਰੀਬ ਮਾਰਜਨਲ
ਗਰੀਬ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਛਡਾਉਣੀਆਂ ਕਿ ਤਾਕਤਵਰ ਬੰਦੇ ਜਿਹੜੇ ਇਹਨਾਂ ਦੇ ਹਨ, ਕਿਉਂਕਿ ਸੀਚੇਵਾਲ ਬਲਬੀਰ ਸਿੰਘ ਸੀਚੇਵਾਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ, ਕੋਈ ਛੋਟੇ ਮੋਟੇ ਬੰਦੇ ਨਹੀਂ। ਔਰ ਉਹਨਾਂ ਦੇ ਕੋਲ ਹੋਰ ਕਿੰਨੀ ਜ਼ਮੀਨ ਹੈ, ਪ੍ਰੋਵਿੰਸ਼ੀਅਲ ਗਵਰਨਮੈਂਟ ਦੀ, ਪੰਚਾਇਤ ਦੀ ਜ਼ਮੀਨ ਹੈ, ਉਹਨਾਂ ਨੂੰ ਖੁਦ ਡਿਸਕਲੋਜ਼ ਕਰਨਾ ਚਾਹੀਦਾ। ਇਹ ਤਾਂ ਸਿਰਫ ਜਿਹੜਾ ਮੈਂ ਰਿਕਾਰਡ ਤੁਹਾਡਾ ਪੇਸ਼ ਕੀਤਾ ਉਹਦੇ 'ਚ ਨਜ਼ਰ ਆਇਆ ਕਿ 21 ਏਕੜ ਜ਼ਮੀਨ ਔਰ ਜਿੰਨੀ ਕਮਾਈ ਹੋਈ ਉਹ ਸਾਰੀ ਪਿਛਲੇ ਕੁਛ ਦਹਾਕਿਆਂ ਦੀ ਉਹਨਾਂ ਦੇ ਕੋਲ ਜ਼ਾਤੀ ਗਈ ਹੈ। ਬੇਸਿਕਲੀ ਇਹਦੇ ਨਾਲ ਉਹ ਬਹੁਤ ਵੱਡੇ ਤੌਰ ਦੇ ਉੱਤੇ ਉਹ ਫਾਈਨੈਂਸ਼ੀਅਲ ਡਿਫਾਲਟਰ ਆ ਪੰਜਾਬ ਸਰਕਾਰ ਦੇ। ਇਸ ਤੋਂ ਇਲਾਵਾ ਜਿਹੜਾ ਚੰਦ ਦਿਨ ਪਹਿਲਾਂ ਮੈਂ ਲਿਆਂਦਾ ਪਬਲਿਕ ਡੋਮੇਨ 'ਚ, ਉਹ ਹੈਗਾ ਬੜਾ ਸੁਣਨ ਵਾਲੀ ਗੱਲ ਹੈ ਧਿਆਨ ਨਾਲ। ਉਹ ਇਹਨਾਂ ਦਾ ਦੂਜਾ ਜਿਹੜਾ ਰਾਜ ਸਭਾ ਦਾ ਮੈਂਬਰ ਹੈ ਅਸ਼ੋਕ ਮਿੱਤਲ, ਜਿਹੜੇ ਕਿ ਲਵਲੀ ਯੂਨੀਵਰਸਿਟੀ ਦੇ ਮਾਲਕ ਨੇ ਜਲੰਧਰ, ਉਹ ਸਾਡੇ ਜ਼ਿਲ੍ਹੇ ਕਪੂਰਥਲੇ ਦੀ ਜ਼ਮੀਨ ਹੈਗੀ ਆ, ਉਹਦੇ ਚਿਹੇੜੂ ਪਿੰਡ ਦੀ ਜ਼ਮੀਨ ਇਹਨਾਂ ਦੇ ਲਵਲੀ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਅੰਦਰ ਬੋਲ ਰਿਹਾ, ਇੱਕ ਵਾਰੀ 1500 ਏਕੜ ਵਿੱਚ ਕੈਂਪਸ ਹੈ ਇਹਨਾਂ ਦਾ ਲਵਲੀ ਯੂਨੀਵਰਸਿਟੀ, ਉਹਦੇ ਵਿੱਚ ਚਿਹੇੜੂ ਏਕੜ ਦੀ ਬੇਸ਼ਕੀਮਤੀ ਜ਼ਮੀਨ 1.25 ਏਕੜ ਇਹਨਾਂ ਨੇ 2012 ਦੇ ਵਿੱਚ ਪ੍ਰੋਸੈਸ ਸ਼ੁਰੂ ਕੀਤਾ ਅਤੇ 2016 ਵਿੱਚ ਉਹਦਾ ਤਬਾਦਲਾ ਸ਼ੋਅ ਕਰ ਦਿੱਤਾ, ਤਬਾਦਲਾ ਕਰ ਦਿੱਤਾ। ਉਹ ਜਿਹੜੀ ਅੰਦਰ ਜ਼ਮੀਨ ਹੈ ਯੂਨੀਵਰਸਿਟੀ ਦੇ, ਉਹ 5-6 ਕਰੋੜ ਨੂੰ ਕਿੱਲਾ ਵਾ, ਮਤਲਬ 100 ਕਰੋੜ ਰੁਪਏ ਦੀ ਪ੍ਰੋਪਰਟੀ ਲੈ ਲਈ ਚਿਹੇੜੂ ਪੰਚਾਇਤ ਦੀ। ਅਤੇ ਉਹਨਾਂ ਨੂੰ ਬਾਹਰਲੇ ਪਾਸੇ ਜਿਹੜੀ ਵਹੀਂ ਵਗਦੀ ਆ, ਜਿਹਨੂੰ ਆਪਾਂ ਚਿੱਟੀ ਵਹੀਂ ਕਹਿ ਦਿੰਦੇ, ਜਿਹ 'ਚ ਬਹੁਤ ਗੰਦਾ ਪਾਣੀ ਅਤੇ ਹੜ੍ਹ ਦਾ ਪਾਣੀ ਬਹੁਤ ਆਉਂਦਾ, ਉਹਦੇ ਕੰਢੇ ਦੇ ਉੱਤੇ ਜਿਹੜੀ ਚਿਹੇੜੂ ਦੀ ਪੰਚਾਇਤ ਨੂੰ ਜ਼ਮੀਨ ਦੇ ਦਿੱਤੀ 1.25 ਕਿੱਲੇ, ਉਹਦੀ ਕੀਮਤ ਹੈਗੀ 15 ਲੱਖ ਨੂੰ ਏਕੜ, ਯਾਨੀ ਕਿ 2.25 ਕਰੋੜ ਦੀ ਕੁੱਲ ਜ਼ਮੀਨ 1.25 ਏਕੜ। 2.25 ਕਰੋੜ ਰੁਪਏ ਦੀ ਜ਼ਮੀਨ ਦੇ ਕੇ ਆਪਣੀ ਯੂਨੀਵਰਸਿਟੀ ਦੇ ਅੰਦਰ 100 ਕਰੋੜ ਰੁਪਏ ਦੀ ਜਿਹੜੀ ਜ਼ਮੀਨ ਚਿਹੇੜੂ ਦੀ ਲੈ ਲਈ ਔਰ ਤਬਾਦਲਾ ਕਰਤਾ। ਤੁਹਾਨੂੰ ਪਤਾ ਕਿ ਜਿਹੜੇ ਅਮੀਰ ਆਦਮੀ ਨੇ ਇੱਥੇ ਸਭ ਕੁਛ ਮੈਨੂਪਲੇਟ ਕਰ ਲੈਂਦੇ, ਲੇਕਿਨ ਇਹਦੇ 'ਚ ਇੱਕ ਬੜਾ ਵੱਡਾ ਨੁਕਤਾ, ਬਹੁਤ ਵੱਡਾ ਨੁਕਤਾ ਫਿਰ ਨੋਟ ਕਰਿਓ, ਉਹ ਇਹ ਹੈ ਕਿ 1998 'ਚ ਚਿਹੇੜੂ ਦੇ ਵਿੱਚੋਂ 2 ਪੰਚਾਇਤਾਂ ਬਣ ਗਈਆਂ, ਇੱਕ ਚਿਹੇੜੂ ਪੰਚਾਇਤ ਰਹਿ ਗਈ, ਇੱਕ ਬਣ ਗਈ ਨਾਨਕ ਨਗਰੀ। ਜਿਹੜੀ ਨਾਨਕ ਨਗਰੀ ਆ ਉਹਨੂੰ ਚਿਹੇੜੂ ਦਾ 39% ਸ਼ੇਅਰ ਹੋਲਡਰ ਬਣਾ ਦਿੱਤਾ ਗਿਆ ਕਿ ਜੋ ਵੀ ਇਹਦੀ ਜਾਇਦਾਦ ਹੋਵੇਗੀ ਚਿਹੇੜੂ ਪੰਚਾਇਤ ਦੀ, 39% ਸਟੇਕ ਹੋਲਡਰ ਸ਼ੇਅਰ ਹੋਲਡਰ ਜਿਹੜਾ ਨਾਨਕ ਨਗਰੀ ਦੀ ਪੰਚਾਇਤ। ਅਤੇ ਨਾਨਕ ਨਗਰੀ ਦਾ ਕੰਸੈਂਟ ਹੀ ਨਹੀਂ ਲਿਆ, ਉਹ ਵਿਰੋਧ ਕਰਦੇ ਰਹੇ, ਉਹਨਾਂ ਨੇ ਬਹੁਤ ਚਿੱਠੀਆਂ ਲਿਖੀਆਂ ਡਾਇਰੈਕਟਰ ਤੋਂ ਲੈ ਕੇ ਸਾਰੇ ਅਫਸਰਾਂ ਨੂੰ ਲਿਖਿਆ, ਉਹਨਾਂ ਦੀ ਕਿਸੇ ਨੇ ਸੁਣੀ ਨਹੀਂ। ਫਿਰ ਨਾਨਕ ਨਗਰੀ ਦਾ ਸਰਪੰਚ ਜਿਹੜਾ ਸੀਗਾ, ਪਿਛਲਾ ਸਰਪੰਚ ਪਰਸ਼ੋਤਮ ਲਾਲ, ਉਸਨੇ ਪੰਜਾਬ ਹਰਿਆਣਾ ਹਾਈਕੋਰਟ 'ਤੇ ਜਾ ਕੇ ਰਿੱਟ ਕਰ ਦਿੱਤੇ। ਰਿੱਟ ਬੜੀ ਐਡਵਾਂਸ ਸਟੇਜ 'ਤੇ ਪਹੁੰਚ ਗਈ, ਲਵਲੀ ਯੂਨੀਵਰਸਿਟੀ ਵਾਲਿਆਂ ਨੂੰ ਲੱਗਿਆ ਕਿ ਸਾਡੀ ਤਾਂ ਜ਼ਮੀਨ ਚਲੀ ਜਾਵੇਗੀ, ਉੱਥੇ ਤਾਂ ਬਿਲਡਿੰਗਾਂ ਬਣੀਆਂ ਹੋਈਆਂ ਨੇ। ਔਰ ਇਹਦੇ ਤੋਂ ਪਹਿਲਾਂ ਕਿ ਮੈਂ ਅੱਗੇ ਜਾਵਾਂ, ਤੁਸੀਂ ਹੈਰਾਨ ਹੋਵੋਗੇ ਕਿ ਤਬਾਦਲਾ ਮਨਜ਼ੂਰ ਹੋਇਆ 2016 'ਚ ਅਤੇ ਲਵਲੀ ਯੂਨੀਵਰਸਿਟੀ ਦੀਆਂ ਬਿਲਡਿੰਗਾਂ ਇਸ ਚਿਹੇੜੂ ਦੀ 1.25 ਏਕੜ ਜ਼ਮੀਨ ਜਿਹੜੀ ਇਹਨਾਂ ਦੇ ਕੰਪਲੈਕਸ ਦੇ ਅੰਦਰ ਹੈ, ਉੱਥੇ ਬਿਲਡਿੰਗਾਂ ਬਣੀਆਂ ਹੋਈਆਂ ਅੱਜ ਤੋਂ 10 ਸਾਲ ਪਹਿਲਾਂ ਦੀਆਂ, ਘੱਟੋ ਘੱਟ 10 ਈਅਰਸ ਓਲਡ। ਕਿਸ ਨੇ ਇਹਨਾਂ ਨੂੰ ਚੇਂਜ ਆਫ ਲੈਂਡ ਯੂਜ਼ ਦਿੱਤੀ ਜਦੋਂ ਪੰਚਾਇਤ ਦੀ ਜ਼ਮੀਨ ਸੀ ਅੰਦਰ ਇਹਨਾਂ ਦੇ ਕੰਪਲੈਕਸ ਵਿੱਚ, ਅਤੇ CLU ਕਿਸ ਨੇ ਦਿੱਤੀ? ਇਹ ਐਡਾ ਇੰਪੋਰਟੈਂਟ ਇਸ਼ੂ ਆ। ਔਰ ਮੈਂ ਗੱਲ ਕਹਿ ਰਿਹਾ ਸੀਗਾ ਕਿ ਨਾਨਕ ਨਗਰੀ ਨੇ ਪਰਸ਼ੋਤਮ ਲਾਲ ਨੇ ਜਾ ਕੇ ਹਾਈਕੋਰਟ ਵਿੱਚ ਰਿਟ ਪਟੀਸ਼ਨ ਕਰਤੀ, ਬਹੁਤ ਐਡਵਾਂਸ ਸਟੇਜ 'ਤੇ ਚਲੇ ਗਈ। ਮੈਨੂੰ ਲੱਗਦਾ ਕਿ 100% ਦੀ ਜਿਹੜਾ ਫੈਸਲਾ ਹਾਈਕੋਰਟ ਨੇ ਉਹ ਨਾਨਕ ਨਗਰੀ ਦੇ ਪੰਚਾਇਤ ਦੇ ਹੱਕ ਵਿੱਚ ਦੇਣਾ ਸੀਗਾ। ਸਡਨਲੀ ਬੜੇ ਹੀ ਗੁਪਤ ਕਾਰਨਾਂ ਕਰਕੇ 2021 ਦੀ ਅਕਤੂਬਰ ਵਿੱਚ ਉਹ ਰਿਟ ਵਾਪਸ ਸਰਪੰਚ ਸਾਹਿਬ ਨੇ ਜਾਂ ਪੰਚਾਇਤ ਨੇ ਲੈ ਲਈ। ਕਿੰਨਾ ਕਾਰਨਾਂ ਕਰਕੇ ਲਈ ਮੈਂ ਉਹਦੇ 'ਤੇ ਕੋਈ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ, ਪਰ ਜਿਹੜਾ ਨਵਾਂ ਅਧਿਕਾਰਤ ਪੰਚ ਬਣਿਆ, ਸਾਰੀ ਪੰਚਾਇਤ ਮੇਰੇ ਕੋਲ ਆਈ, ਉਹ ਕਹਿੰਦੇ ਸਾਡੇ ਨਾਲ ਬਹੁਤ ਜ਼ਿਆਦਤੀ ਹੋਈ ਜੀ, ਸਾਡੀ ਐਡੀ ਕੀਮਤੀ ਜ਼ਮੀਨ ਲਵਲੀ ਯੂਨੀਵਰਸਿਟੀ ਦੇ ਅੰਦਰ ਉਹਨਾਂ ਨੇ ਦਬੋਚ ਲਈ ਹੈ, ਕਬਜ਼ਾ ਕਰ ਲਿਆ ਵਾ, ਲੈਂਡ ਗ੍ਰੈਬ ਕਰ ਲਿਆ ਵਾ, ਅਤੇ ਸਾਨੂੰ ਚੱਕ ਕੇ ਬਈ ਦੇ ਕੰਢੇ ਦੇ ਉੱਤੇ ਦੇ ਦਿੱਤੀ, ਔਰ ਸਾਡੀ ਕਿਸੇ ਨੇ ਬਾਤ ਵੀ ਨਹੀਂ ਪੁੱਛੀ। ਉਹਨਾਂ ਦੀ ਲੜਾਈ ਮੈਂ ਪੰਜਾਬ ਹਰਿਆਣਾ ਹਾਈਕੋਰਟ ਤੱਕ ਲੈ ਕੇ ਜਾਵਾਂਗੇ, ਮੈਂ ਉਹਨਾਂ ਨੂੰ ਪ੍ਰੋਮਿਸ ਕੀਤਾ ਵਾ। ਇਹ 2 ਰਾਜ ਸਭਾ ਦੇ ਮੈਂਬਰ ਭਗਵੰਤ ਸਿੰਘ ਮਾਨ, ਦੋਨਾਂ ਨੇ ਚਿੱਠੀਆਂ ਲਿਖੀਆਂ, ਸਾਰਾ ਰਿਕਾਰਡ ਨਾਲ ਭੇਜਤਾ, ਔਰ ਇਹ ਕਹਿੰਦੇ ਨੇ ਕਿ ਜੀ ਅਸੀਂ ਇਹ ਅਗਰ ਕਹਿਣਗੇ ਜੀ ਤਬਾਦਲਾ ਹੋ ਗਿਆ, ਪੰਚਾਇਤ ਮਿਨਿਸਟਰ ਕੰਪੀਟੈਂਟ ਆ, ਜਿੱਦਾਂ ਇਹਨਾਂ ਨੇ ਮਾਜਰੀ ਤਹਿਸੀਲ ਇੰਤਕਾਲ ਰੱਦ ਕਰ ਦਿੱਤਾ, ਜਾਂ ਇਹਨਾਂ ਨੇ ਛੋਟੇ ਵੱਡੀ ਨਗਲ ਦਾ ਜਿਹੜਾ 2828 ਏਕੜ ਦਾ ਇੰਤਕਾਲ ਇੱਕੋ ਪੈਨ ਦੇ ਨਾਲ ਰੱਦ ਕਰ ਦਿੱਤਾ। ਅਗਰ ਇਹ ਚਾਹੁਣ ਲਵਲੀ ਯੂਨੀਵਰਸਿਟੀ ਦਾ ਜਿਹੜਾ 100 ਕਰੋੜ ਰੁਪਏ ਦਾ ਗਲਤ ਤਬਾਦਲਾ ਵਾ, ਉਹਦਾ ਪੰਚਾਇਤ ਮਿਨਿਸਟਰ ਉਸ ਤਬਾਦਲੇ ਨੂੰ ਰੱਦ ਕਰ ਸਕਦਾ ਵਾ, ਕਿਤੇ ਕੋਈ ਲੋਅ ਬਣਾਉਣ ਦੀ ਲੋੜ ਨਹੀਂ, ਕਿਸੇ ਕੋਰਟ ਜਾਣ ਦੀ ਲੋੜ ਨਹੀਂ। ਇਹ ਦੋਨੋਂ ਗੱਲਾਂ ਮੈਂ ਚੀਫ ਮਿਨਿਸਟਰ ਸਾਹਿਬ ਅਤੇ ਕੁਲਦੀਪ ਧਾਲੀਵਾਲ ਦੇ ਧਿਆਨ ਵਿੱਚ ਲੈ ਦਿੱਤੀਆਂ। ਹੁਣ ਅਸੀਂ ਦੇਖਣਾ ਸਿਰਫ ਇਹ ਆ ਕਿ ਜਿਹੜਾ ਜਿੰਨਾ ਕੈਂਪੇਨ ਚੱਲ ਰਿਹਾ ਪੰਚਾਇਤ ਦੀ ਜ਼ਮੀਨਾਂ ਛਡਾਉਣ ਵਾਲਾ, ਕੀ ਇਹ ਸਿਰਫ ਲੋਕ ਦਿਖਾਵਾ ਵਾ, ਸੋਸ਼ਲ ਮੀਡੀਆ ਕੈਂਪੇਨ ਹੈ, ਕੈਮਰੇ ਨਾਲ ਜਾਂਦੇ ਨੇ, ਪੁਲਿਸ ਨਾਲ ਜਾਂਦੀ ਆ, ਸਾਰੇ ਪਿੰਡ ਨੂੰ ਅੰਦਰ ਤਾੜ ਦਿੱਤਾ ਜਾਂਦਾ, ਕਿਉਂਕਿ ਛੋਟੀ ਵੱਡੀ ਨਗਲ ਦੇ ਪਿੰਡ ਦੇ ਨੇ ਕਿਹਾ ਜੀ ਕਿ ਘੱਟੋ ਘੱਟ 2000 ਆਦਮੀ ਪੁਲਿਸ ਦਾ ਉੱਥੇ ਸਾਡੇ ਪਿੰਡ ਕਬਜ਼ਾ ਲੈਣ ਆਏ ਸੀਗੇ। ਇੱਦਾਂ ਤਾਂ ਵਿਚਾਰੇ ਗਰੀਬ ਆਦਮੀ ਤੁਹਾਡਾ ਵਿਰੋਧ ਹੀ ਨਹੀਂ ਕਰ ਸਕਦੇ,
या तुसी वाकई ही 100 करोड़ रुपए की एक आदमी की एक तुहाडे मैंबर पार्लीमेंट के कोल जमीन है तुसी इसनों छटाउणा चाहुंदे हो। यह हुण इत्थों नीयत साफ हो जाएगी पंजाब सरकार की। यह सारा तत्थ मैं चिट्ठी समेत रेवन्यू रिकॉर्ड समेत सारा चीफ मिनिस्टर के दफ्तर में भेज चुका और मैं दुखना कहना पैंदा कि महज एक लाइन का एक ईमेल तो जवाब आ जाता, मैं लगता ऑटोमेटिड रिप्लाई है कि वी आर इन रिसीट ऑफ योर ईमेल। मैं डॉक्टर मनमोहन सिंह प्राइम मिनिस्टर से मैं MLA बनया 2007, मैं चिट्ठिया लिखता से उन्होंने प्रॉपर डिटेल जवाब आता कि आड़ा मसला वा इन्ना असं काम कर सकते इन्ना असं काम नहीं कर सकते। जे चीफ मिनिस्टर एक MLA के फॉर्मल लीडर ऑफ ऑपोजिशन की चिट्ठिया का जवाब नहीं देते तो आम जनता को की जवाब देते होंगे। ये जिहड़ियां हेल्पलाइन बनाईया ये सिर्फ लोग दिखावे दे वास्ते। और आ जिहड़ा मैं तुहानूं अज रिकॉर्ड पेश किया दोनों पंचायतों का, ये बहुत अहम इम्तिहान है भगवंत सिंह मान की नीयत का अते नीति का कि ये अपने दो राज्यसभा के मैंबर बाबा बलबीर सिंह सिचेवाल को 21 एकड़ ते लवली यूनिवर्सिटी के मालिक अशोक मित्तल राज्यसभा के मैंबर को 100 करोड़ रुपए की प्रॉपर्टी सरकारी जमीन जिहड़ी कि इन्हां वास्ते महज 5 मिनट का काम है छुड़वा सकते कि नहीं छुड़वा सकते। ये बस इम्तिहान मैं वेट करूँगा। असी तो यदि लड़ाई अल्टीमेटली लड़ी जानी है, विधानसभा भी उठावे अगे हाईकोर्ट भी लैके जावे और इस पूरा असी पब्लिक डोमेन के लैके जावे। पर इना दी जी इस वक्त इन्हों का जो प्रचार चल रहा वा पंचायत दमीनों बारे असं देखा कि आने वाले दिनों एक ही जवाब देंगे। कह देंगे जी असं जमीन किसी के कहने नहीं छुड़ावे। इतने गल कोई प्रेस्टीज नहीं होनी चाहिए धालीवाल साहब, ये कोई थोड़ी परसनल जायदाद नहीं गी पंजाब की सरकार से वजारत। भावें कोई तुम्हें सलाह दे, ओपोनेंट दे, हमायती दे, कोई एक पिंड का साधारण पंच दे दे, अगर वो पंजाब का फायदा हो रहा तो पंजाब के खजाने का फायदा हो रहा तो उस अच्छी सलाह को मनना चाहिए वा, उन्होंने नठना नहीं चाहिए। बस यही अज मसला तो ध्यान में लेके आना सगा और आने वाले दिनों कोई इंपोर्टेंट इशू थोड़े ना मैं साझे करता रहूँगा। मैं एक बार फिर जाने तो पहला जे आम आदमी पार्टी के अगर जे बच्चे साढ़े ही बच्चे ने तुम जो मैं तुम पिछले बार भी समझा फिर कह देना कि तुम्हारी वारी कभी नहीं आनी। राज्यसभा का मैंबर गैर पंजाबी बाहरले बंदे अमीर आदमी सोशल मीडिया से 100 बंदा भर्ती किया इन्होंने 100 डायरेक्टर पब्लिक रिलेशन डिपार्टमेंट के सारे दिल्लियों चक के गैर पंजाबी लिया के मुंडे कुड़िया जी इन्हों की टीम काम करती थी जिन्होंने हुण इत्थों बैठ के सरकारी पंजाब के दफ्तर चो तुहाडियां तुहाडे पैसों से प्रचार करना है हिमाचल से गुजरात का। वो मसला जिहड़ा हैगा वा तुहानूं कहना कि तुसीं एवें